ਕੋਰੋਨਾ ਵਾਇਰਸ ਨੂੰ ਲੈ ਕੇ ਸਾਰੇ ਪੰਜਾਬ ਵਿੱਚ ਕਰਫਿਊ ਲਗਾਤਾਰ ਜਾਰੀ ਹੈ। ਅੱਜ ਇੱਥੇ ਪ੍ਰਸ਼ਾਸਨ ਨਾਭਾ ਵੱਲੋਂ ਸੂਬਾ SDM ਨਾਭਾ ਦੀ ਅਗਵਾਈ ਵਿੱਚ ਸ਼ਹਿਰ ਦੇ ਇੱਕ ਸਲੰਮ ਏਰੀਆ ਜਿੱਥੇ ਕਿ ਪ੍ਰਵਾਸੀ ਮਜ਼ਦੂਰ ਆਪਣਾ ਰੰਗ ਰੋਗਨ ਅਤੇ ਫੈਕਟਰੀਆਂ ਵਿੱਚ ਕੰਮ ਕਰਕੇ ਗੁਜ਼ਾਰਾ ਕਰਦੇ ਹਨ। ਇਹ ਸਾਰੇ ਪ੍ਰਵਾਸੀ ਮਜ਼ਦੂਰ ਕਿਰਾਏ 'ਤੇ ਮਕਾਨ ਲੈ ਕੇ ਰਹਿ ਰਹੇ ਹਨ। SDM ਨਾਭਾ ਉਹਨਾਂ ਲਈ ਇੱਕ ਹਫ਼ਤੇ ਦਾ ਰਾਸ਼ਨ ਵੰਡਿਆ ਗਿਆ। SDM ਨੇ ਕਿਹਾ ਕਿ ਸਾਨੂੰ ਇਹਨਾਂ ਪ੍ਰਵਾਸੀ ਮਜ਼ਦੂਰਾਂ ਦਾ ਪਤਾ ਲੱਗਿਆ ਅਤੇ ਤੁਰੰਤ ਰਾਸ਼ਨ ਪਹੁੰਚਾਇਆ ਗਿਆ। ਅਸੀਂ ਪਿਛਲੇ 4-5 ਦਿਨਾਂ ਤੋਂ ਵੀ ਆਰ ਟਰਾਇੰਗ ਟੂ ਆਡੈਂਟੀਫਾਈ ਦਾ ਫੈਮਿਲੀਜ਼ ਜਿਹੜੀਆਂ ਮੋਸਟ ਡਾਊਨ ਟਰਾਊਡਨ ਨੇ ਜਾਂ ਜਿਨ੍ਹਾਂ ਦਾ ਜਿਹੜਾ ਆਪਾਂ ਕਹਿੰਦੇ ਹਾਂ ਕਿ ਅਤ ਗਰੀਬ ਨੇ। ਸਾਡੇ ਜਿਹੜੇ CRO ਸਾਹਿਬਾਨ ਨੇ ਦੋਨੋਂ ਤਹਿਸੀਲਦਾਰ ਨੈਬ ਤਹਿਸੀਲਦਾਰ ਸਾਹਿਬ ਅਤੇ ਸਾਡੀ ਜਿਹੜੇ ਫੀਲਡ ਆਪਣਾ ਰੈਵਨਿਊ ਸਟਾਫ ਹੈ ਪਲੱਸ ਜਿਹੜੇ ਅਸੀਂ ਆਂਗਨਵਾੜੀਜ਼ ਨੇ ਅਤੇ ਦੂਜੇ ਜਿਹੜੇ ਸਾਡੇ ਡਿਪਾਰਟਮੈਂਟਸ ਦੇ ਫੀਲਡ ਸਟਾਫ ਹੈਗਾ ਉਹਨਾਂ ਦੀ ਹੈਲਪ ਨਾਲ ਅਸੀਂ ਏਰੀਆਜ਼ ਵੰਡੇ ਨੇ ਜੀ। ਅਸੀਂ ਸਾਰੇ ਆਪਣੀਆਂ ਟੀਮਾਂ ਨੇ ਹਰ ਇੱਕ ਏਰੀਆ ਸ਼ਹਿਰ ਦੇ ਵਿੱਚ ਵੀ ਅਤੇ ਆਊਟਰ ਕਲੋਨੀ ਵਾਸਤੇ ਵੀ ਉਹ ਸਾਨੂੰ ਜਿਹੜੇ ਆਈਡੈਂਟੀਫਾਈ ਕਰਕੇ ਉਹਨਾਂ ਨੇ ਦੇ ਰਹੇ ਨੇ ਫੈਮਿਲੀਜ਼ ਕਿ ਆਹ ਜਿਹੜੀਆਂ ਫੈਮਿਲੀਜ਼ ਦੇ ਆਰ ਐਕਚੁਅਲੀ ਇਨ ਨੀਡ ਅਤੇ ਅਸੀਂ ਉਹਨਾਂ ਨੂੰ ਹੀ ਅੱਗੇ ਸਪਲਾਈ ਕਰ ਰਹੇ ਹਾਂ ਜੀ। ਜਿਸ ਕਰਕੇ ਆਏ ਸੀ ਇੱਥੇ ਤਕਰੀਬਨ 50 ਫੈਮਿਲੀਜ਼ ਆਈਡੈਂਟੀਫਾਈ ਕੀਤੀਆਂ ਸੀ ਤਹਿਸੀਲਦਾਰ ਸਾਹਿਬ ਨੇ ਅਤੇ ਉਹਦੇ 'ਚ ਅਸੀਂ ਹੁਣ ਉਹਨਾਂ ਨੂੰ ਹਫ਼ਤੇ ਕੁ ਦਾ ਜਿਹੜਾ ਅਪਰੋਕਸੀਮੇਟ ਰਾਸ਼ਨ ਹੈਗਾ ਉਹ ਮੁਹੱਈਆ ਕਰਵਾਇਆ ਅਤੇ ਇਸ ਤਰ੍ਹਾਂ ਹੀ ਵੀ ਵਿਲ ਗੋ ਇਨ ਅ ਪਲੈਨਡ ਵੇ ਜੀ। ਜਿੱਥੇ ਜਿੱਥੇ ਵੀ ਜ਼ਰੂਰ ਐਕਚੁਅਲ ਜ਼ਰੂਰਤ ਹੋਏਗੀ ਉੱਥੇ ਉੱਥੇ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਅਸੀਂ ਬੇਸਿਕ ਨੀਡਸ ਜਿਹੜੀਆਂ ਹੈਗੀਆਂ ਦਾਲ ਫੁਲਕੇ ਵਾਸਤੇ ਉਹ ਪ੍ਰੋਵਾਈਡ ਕਰਾ ਸਕੀਏ ਜੀ। ਆਵਾਜ਼ ਕੌਮ TV ਲਈ ਨਾਭਾ ਤੋਂ ਤਰਨ ਮਹਿਤਾ ਦੀ ਰਿਪੋਰਟ।